ਸਤਿ ਸ਼੍ਰੀ ਅਕਾਲ ਦੋਸਤੋ, ਟੂਡੇ ਨਿਊਜ਼ ਲਾਈਵ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ। ਇਸ ਵੇਲੇ ਦੀ ਵੱਡੀ ਖਬਰ, ਵਿਆਹ ਦੇ 12 ਸਾਲ ਬਾਅਦ ਪੰਜਾਬਣ ਨੇ ਦਿੱਤਾ ਇੰਨੇ ਬੱਚਿਆਂ ਨੂੰ ਇਕੱਠਿਆਂ ਹੀ ਜਨਮ, ਮਿਲ ਰਹੀਆਂ ਹਨ ਹਰ ਪਾਸੋਂ ਵਧਾਈਆਂ। ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਣਾ ਤਾਂ ਜੋ ਤੁਹਾਨੂੰ ਵੀਡੀਓ ਬਾਰੇ ਸਾਰੀ ਇਨਫੋਰਮੇਸ਼ਨ ਮਿਲ ਸਕੇ। ਹੁਣ ਵਿਆਹ ਦੇ 12 ਸਾਲ ਬਾਅਦ ਪੰਜਾਬ ਵਿੱਚ ਇੱਥੇ ਇਕੱਠੇ 3 ਬੱਚਿਆਂ ਨੂੰ ਜਨਮ ਦਿੱਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਮਹਾਨਗਰ ਲੁਧਿਆਣਾ ਤੋਂ ਸਾਹਮਣੇ ਆ ਰਹੀ ਹੈ, ਜਿੱਥੇ ਇਸ ਅਧੀਨ ਆਉਂਦੇ ਹੜੰਬਾ ਦੀ ਇੱਕ ਵਿਆਹਤਾ ਜੋੜੀ ਵੱਲੋਂ ਪਿਛਲੇ 12 ਸਾਲ ਤੋਂ ਬੱਚੇ ਦੀ ਉਮੀਦ ਕੀਤੀ ਜਾ ਰਹੀ ਸੀ, ਜਿੱਥੇ ਇਸ ਜੋੜੀ ਨੂੰ ਰੱਬ ਵੱਲੋਂ 12 ਸਾਲ ਲਈ ਔਲਾਦ ਦਾ ਇੰਤਜ਼ਾਰ ਕਰਵਾਇਆ ਗਿਆ। ਉੱਥੇ ਹੀ ਹੁਣ 3 ਬੱਚਿਆਂ ਦੀ ਦਾਤ ਬਖਸ਼ੀ ਗਈ ਹੈ, ਜਿਸ ਬਾਰੇ ਜਾਣਕਾਰੀ ਦਿੰਦੇ ਹੋਏ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਇੰਨੇ ਸਾਲ ਨਿਰਾਸ਼ ਹੋਣ ਤੋਂ ਬਾਅਦ ਉਹਨਾਂ ਨੂੰ ਰਿਸ਼ਤੇ ਅਤੇ ਦੋਸਤਾਂ ਵੱਲੋਂ ਸਾਰਿਆਂ ਨੇ IVF ਤਕਨੀਕ ਦੇ ਜ਼ਰੀਏ ਇਲਾਜ ਕਰਵਾਉਣ ਵਾਸਤੇ ਆਖਿਆ ਗਿਆ ਸੀ, ਜਿਸ ਤੋਂ ਬਾਅਦ ਉਹਨਾਂ ਨੇ ਰਮਨ ਹਸਪਤਾਲ ਦੀ ਡਾਕਟਰ ਅੰਸ਼ੂ ਨਾਲ ਗੱਲਬਾਤ ਕੀਤੀ ਅਤੇ ਜਿਨ੍ਹਾਂ ਦੁਆਰਾ 32 ਸਾਲਾ ਕੁਲਵਿੰਦਰ ਕੌਰ ਦਾ ਇਲਾਜ ਸ਼ੁਰੂ ਕੀਤਾ ਗਿਆ। ਉੱਥੇ ਹੀ ਸਭ ਕੁਝ ਠੀਕ ਹੋਣ 'ਤੇ ਕੁਲਵਿੰਦਰ ਕੌਰ ਦੀ ਮਾਂ ਬਣਨ ਦੀ ਖਬਰ ਸਾਹਮਣੇ ਆ ਗਈ ਹੈ, ਪਰ ਉਸ ਸਮੇਂ ਉਹਨਾਂ ਦੀ ਹੈਰਾਨੀ ਦਾ ਕੋਈ ਟਿਕਾਣਾ ਰਿਹਾ ਜਦੋਂ ਅਲਟਰਾਸਾਊਂਡ ਦੀ ਰਿਪੋਰਟ ਤੋਂ ਇਹ ਸਪਸ਼ਟ ਹੋ ਗਿਆ ਹੈ ਕਿ ਇੱਕ ਬੱਚੇ ਦੀ ਜਗ੍ਹਾ 3 ਬੱਚੇ ਹਨ। ਉੱਥੇ ਹੀ ਡਾਇਰੈਕਟਰ ਵੱਲੋਂ ਕੁਲਵਿੰਦਰ ਕੌਰ ਦਾ ਪੂਰਾ ਧਿਆਨ ਰੱਖਿਆ ਗਿਆ ਅਤੇ ਸਮੇਂ-ਸਮੇਂ ਤੇ ਚੈੱਕਅਪ ਕੀਤਾ ਜਾਂਦਾ ਰਿਹਾ, ਜਿੱਥੇ ਉਸ ਦੀ ਸਥਿਤੀ ਨੂੰ ਦੇਖਦੇ ਹੋਏ ਲੱਗ ਰਿਹਾ ਸੀ ਕਿ ਸਾਰੇ ਬੱਚੇ ਆਪਰੇਸ਼ਨ ਦੇ ਜ਼ਰੀਏ ਜਨਮ ਲੈਣਗੇ। ਉੱਥੇ ਹੀ ਸਧਾਰਨ ਤਰੀਕੇ ਨਾਲ ਇਹਨਾਂ ਬੱਚਿਆਂ ਦਾ ਜਨਮ ਹੋ ਗਿਆ। ਕੁਲਵਿੰਦਰ ਕੌਰ ਨੇ 10 ਸਤੰਬਰ 2021 ਨੂੰ 2 ਪੁੱਤਰਾਂ ਅਤੇ 1 ਧੀ ਨੂੰ ਜਨਮ ਦਿੱਤਾ, ਜਿਸ ਕਾਰਨ ਪਰਿਵਾਰ ਬੇਹੱਦ ਖੁਸ਼ ਹੈ ਅਤੇ ਮਾਂ ਅਤੇ ਬੱਚੇ ਬਿਲਕੁਲ ਤੰਦਰੁਸਤ।